अस्सलाम वालेकुम दोस्तों, आज हम आपके लिए एक बहुत ही इंटरेस्टिंग जो है वो एक प्रोग्राम लेके आए हैं जिसका नाम है आजो सारे चवला मारिए। आप भी आ ये जाओ। चवला मारने वास्ते साढ़े कोल एक होती साढ़े मौजूद नाल मौजूद ने जी जनाब शाहजेब आलम साहब और मानी भाई और कालू भाई और जनाब भाई साढ़े जिहड़े साढ़ी नज़र च सब तो वड्डे चवल ने समर साहब साढ़े नाल मौजूद ने जी। अज वेखने जी बेस्ट चवल कौन मारदा है ते असी सब तो पहले जी अपने समर साहब नाल रबता करना है जी। समर जनाब जी, साहब तुसी मैनू वे अवार्ड दे ही दिता कॉम्पीटिशन दा, वे मेरे तो शुरू करो। हाँ जी समर साहब की अज के दिन से तुसी ऐसी चवल मारना चाहोगे कि तुहानू चवल ऑफ द डे का अवार्ड मिले? गल ही करांगे असी चवल की मारनी। नहीं तुहाडी गल ही चवलां दी हुंदी जी। पेट्रोल पुआन गया, उन्होंने बन लिया, कहते साड़ी नौ दिन बची। नहीं यार शाहकारा शाहकारा भाई, ये शाहकारा नहीं है, डाढ़ कपड़ो किसी ने पूछ लिया जी अपना की नाम है, कहना जी शाह काला वाल काला शक्का कू। मैं पूछया, मैं क्या तू हटी हो गया, कहना वही मोटर पे थानी लगता है शाह कोटा जी। नहीं भाजी ऐदा ना नहीं है, इंडिया गए उन्होंने फड़ लिया। अच्छा उन्हें तो बांह चुक लो भाई। नहीं हाँ जी हाँ जी भाजी, हाँ जी भाई इंडिया गए उन्होंने फड़ लिया जी भाजी इंडिया, उत्थे मैंने शाहरुख खान मिलया। ठीक है जी, ਉਹਨਾਂ ਮੈਂ ਇੰਟਰਡੈਕਸ ਸਾਰਾ ਕੁਝ ਕਰ ਕਰਾ ਕੇ, ਇੰਟਰਡੈਕਸ ਜਿਹੜਾ ਹੁੰਦਾ ਨਾ, ਜਿਹੜਾ ਅੱਗੇ ਇੰਟੋ ਦੇ ਅੱਗੇ ਪਿਆ ਹੁੰਦਾ ਡੈਕਸ, ਡੈਕਸ ਉਹ ਬਣਾਣਾ ਚਾਹ ਰਹੇ ਨੇ, ਜਿਹਦੇ ਪੇਪਰ ਫਿਲ ਕਰੀ ਹਾਂ ਜੀ। ਇੰਡੀਆ ਗਿਆ, ਇੰਡੀਆ ਦੇ ਉੱਪਰ ਡੈਕਸ ਖੜਾ ਹੋਇਆ, ਇੰਡੀਆ ਇੰਡੀਆ ਗਿਆ, ਉਹਨਾਂ ਨੇ ਬੰਨ ਲਿਆ, ਉਹਨਾਂ ਕਹਿੰਦਾ ਉਹਨਾਂ ਨੂੰ ਕਹੀ ਜਾਵੇ, ਕਹਿੰਦਾ ਮੈਂ ਹਿੰਦੂ ਹਾਂ, ਕਹਿੰਦਾ ਸਾਡੇ ਪੰਜ ਪੁੱਤਾਂ ਦਾ ਨਾਂ ਦੱਸ, ਕਹਿੰਦਾ ਯਸੂ ਪੰਜੂ ਹਾਰ ਕਬੂਤਰ ਡੋਰੀ। ਪਾ ਜੀ ਸਹੀ ਦੱਸ ਗੋਰਾ ਬੋਲੀ। ਅੱਛਾ ਉਹ ਬੋਲ ਵੀ ਸਹੀ, ਆਜ਼ਮ ਦੇ ਚਮਚੇ ਓਏ ਓਏ ਓਏ, ਇਹਦਾ ਮੂੰਹ ਤੇ ਦੇਖੋ ਪਾ ਜੀ, ਆਜ਼ਮ 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 ਆਣ ਵਾਲੀ ਡੋਰੀ ਹੁੰਦੀ ਤੇ ਆਜ਼ਮ ਕੋਲ ਪੁੱਛ ਲੈਨੇ ਦੱਸੋ ਜੀ। ਅੱਛਾ ਵੈਰੀ ਗੁੱਡ ਯਾਰ। ਹਾਂਜੀ ਭਾਜੀ ਤੁਸੀਂ ਕੋਈ ਗੱਲ ਕਰੋ ਜੀ। ਸੈਕਲੋਨ ਜੋ ਆ ਕੇ ਗਿਆ ਨੂੰ ਵੇਖੀ ਕੀ ਹੋਇਆ, ਕਹਿੰਦਾ ਤੇ ਕੁੱਤੇ ਫੇਰ, ਕਹਿੰਦਾ ਫਿਰ ਤੂੰ ਉਹਨੂੰ ਖਿਲਾੜ, ਮੈਂ ਕੁੱਤੇ ਲੈ ਕੇ ਆਉਂਦਾ। ਫਿਰ ਲੈ ਗਿਆ ਤਾਂ ਫਿਰ ਨਹੀਂ ਲੈ ਗਿਆ। ਅੱਛਾ ਉਦੋਂ ਤੇ ਤੁਸੀਂ ਨਾਲ ਪੈਂਦੇ? ਨਹੀਂ ਨਹੀਂ ਹੈ ਭਾਜੀ, ਭਾਜੀ ਇਹਨਾਂ ਦੇ ਜਿਹੜਾ ਸ਼ਾਦੀ ਤੇ ਗਏ ਤੇ ਉੱਥੇ ਨਾ ਤਾਲਾ ਲਾ ਕੇ ਗਏ ਘਰ ਤੇ ਚਾਬੀ ਗਵਾਚ ਗਈ ਤੇ ਨਾ ਦਰਵਾਜ਼ਾ ਪੁੱਟ ਕੇ ਨਾ ਤੇ ਜਾ ਰਿਹਾ, ਲਗਾ ਹੀ ਜਾ ਰਿਹਾ, ਮੈਂ ਕਿਹਾ ਕਿੱਧਰ ਜਾ ਰਿਹਾ, ਕਹਿੰਦਾ ਯਾਰ ਚਾਬੀ ਗਵਾਚ ਗਈ ਸੀ ਤੇ ਤਾਲੇ ਨੂੰ ਚਾਬੀ ਲਵਾਉਣ ਜਾ ਰਿਹਾ, ਤੇ ਮੈਂ ਕਿਹਾ ਯਾਰ ਤੂੰ ਚਾਬੀ ਵਾਲੇ ਲੈਣਾ ਸੀ, ਕਹਿੰਦਾ ਯਾਰ ਕਿੱਥੇ ਆਉਣਾ ਸੀ ਉਹਨੇ, ਮੈਂ ਕਿਹਾ ਤਾਲਾ ਹੀ ਉਹ ਹੀ ਪੁੱਟ ਕੇ ਉਹਦੇ ਕੋਲ ਲੈ ਜਾਂਦੇ ਆ। ਅੱਛਾ ਜੀ ਗੱਲ ਬਹੁਤ ਲੰਮੀ ਸੀ, ਕੋਈ ਗੱਲ ਨਹੀਂ ਭਾਜੀ, ਇਹ ਬਲੋਪਰ ਚ ਆ ਗਈ ਭਾਜੀ। ਅੱਛਾ ਮੈਨੂੰ ਚੋਕ ਬਾਰ ਦੇ, ਤੈਨੂੰ ਕਿਸੇ ਨੇ ਕਿਹਾ ਮੈਨੂੰ ਅਰਬੀ ਸੁਣਾ, ਅੱਗੋ ਸੁਣਾਉਣ ਲੱਗਿਆ ਇੱਕ ਦੋ ਤਿੰਨ ਚਾਰ ਪੰਜ ਛੇ ਇਹਦੇ ਘਰ ਦੀ ਐਂਬੂਲੈਂਸ ਆਈ ਹੈ, ਕਹਿੰਦਾ ਪੰਜ ਹਾਰਨ ਮਾਰੇ ਮੇਰੇ ਬੱਚੇ ਹੱਸਦੇ, ਉਹਨਾਂ ਨੇ ਬੱਚੇ ਦੇ ਦੋ ਦੋ ਮਾਰਤੀ, ਇਹਦੇ ਘਰ ਮੰਗਣਾ ਲਾਇਆ, ਕਹਿੰਦਾ ਪੰਜ ਵਜੇ ਦਿਓ ਕਰੋ ਸਾਈਕਲ ਕਾੜ ਕੇ ਝੂਟਾ ਦੇ ਦਿੱਤਾ। ਕੋਈ ਗੱਲ ਤੇਰੇ 5 ਰੁਪਏ ਹੋ ਗਿਆ, ਇਸ ਸਾਹਮਣੇ ਗੱਲ ਕਰ, 5 ਰੁਪਏ ਤੋਂ ਮੇਰਾ ਹਾਲ ਵਾਲ ਬੜਾ ਮੌਤ ਬੇੜਾ ਆਦਮੀ ਹੈ, ਬੋਲੀ ਬੇੜਾ ਨਵਾਂ ਪੈਂਟ ਕੋਟ ਪਾ ਕੇ ਟਾਈ ਸ਼ੇ ਲਾ ਕੇ ਤੇ ਪੀਸੀ ਹੋਟਲ ਮਾਰ ਗਿਆ। ਕੀ ਬਾਤ, ਉਹਨੇ ਕਿਹਾ ਸਾਡੇ ਕਮਰੇ ਲੈਣਾ, ਕਹਿੰਦਾ ਨਹੀਂ ਤੁਹਾਡੀ ਛੱਤ ਤੇ ਮੇਰਾ ਕਬੂਤਰ ਆਇਆ, ਉਹ ਪਿਛਲੇ ਦਿਨ ਲਿਜਾ ਕੇ ਕਬੂਤਰ ਬਣਾਇਆ, ਫਿਰ ਉੱਥੇ ਰੋਲ ਲਾ ਪਿਆ, ਕਹਿੰਦਾ ਮੇਰਾ ਕਾਲਾ ਸੀ ਮੈਨੂੰ ਚਿੱਟਾ ਬਣਾਈ ਗਿਆ। ਜਲਦੀ ਪਹੁੰਚ ਜਾਈ, ਮੋਟਰ ਲਾ ਰਿਹਾ ਤੇ ਉੱਥੇ ਆਂਟੀ ਨੇ ਵੇਖ ਲਿਆ, ਕਹਿੰਦਾ ਵੇਖ ਤੇ ਲਿਆ ਜੀ ਹੁਣ ਮੋਟੇ ਤੇ ਰਖਾ ਦੇ। ਇਹਨਾਂ ਦੀ ਗਲੀ ਚ ਵੀ ਐਂਬੂਲੈਂਸ ਆਈ, ਮੈਂ ਕਿਹਾ ਖੈਰ ਹੀ, ਕਹਿੰਦਾ ਸੋਰੀ ਆ ਗਿਆ। ਅੱਛਾ ਜਦੋਂ ਉਹਨਾਂ ਨੇ ਕਹਿੰਦਾ ਮੋਢੇ ਤੇ ਰਖਾ ਦਿਓ,
ਤੇ ਉਹਨਾਂ ਨੇ ਕੁੱਟ ਕੁੱਟ ਕੇ ਇਹਨਾਂ ਨੂੰ ਮੋਟੇ ਤਰਕਾ ਕੇ ਭੇਜ ਇਹਨਾਂ ਨੂੰ ਪਿਸ਼ਾਪਰ ਚ ਪਾ ਗਿਆ ਹੈ ਲੋ ਬਾਸ ਇਹਨੇ ਵੀ ਮੋਟਰ ਲਾਈ ਏ ਆਂਟੀ ਨੇ ਵੇਖ ਲਿਆ ਕਹਿੰਦਾ ਵੇਖ ਲਿਆ ਤੇ ਤਾਰਾ ਅੰਦਰ ਕਰਨ बोटी पाई नी ਜਾ ਤੇਰਾ ਪਲਾ ਹੋਵੇ ਕੱਲ ਇਹਨਾਂ ਦੀ ਗਲੀ ਤੇ ਉਂਟ ਆਇਆ ਤੇ ਉਹਨਾਂ ਲੜੀ ਜਾਵੇ ਮੈਂ ਕੀ ਹੋਇਆ ਕਹਿੰਦਾ ਮੈਨੂੰ ਬਾੜੀ ਵਾਲੀ ਸੀਟ ਤੇ ਬਾਹਰ ਹੋਵੇ ਵੱਡੀ ਗੱਲ ਨਹੀਂ ਨਹੀਂ ਵੱਡੀ ਗੱਲ ਹੈ ਭਾਈ ਵੱਡੀ ਗੱਲ ਨਹੀਂ ਬਾਤ ਹੈ ਭਾਈ ਆਪ ਕੈਸੇ ਨਹੀਂ ਤੋੜ ਲੈ ਕੈਸੇ ਆ ਗਰੀਬ ਹੈ ਤੇ ਜ਼ਿੰਨੀ ਵੀ ਗਰੀਬ ਹੈ ਘਰ ਸਾਰੇ ਜਣੇ ਬਹਿ ਕੇ ਮੋਲਾ ਜੱਟ ਵੇਖ ਰਹੇ ਤੇ ਹਾਫ ਟਾਈਮ ਹੋਇਆ ਤੇ ਬੋਤਲਾਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਬੋਤਲੇ ਫਾਈਨ ਕਾਰੋਬਾਰ ਵੀ ਨਾਲ ਹੋਣਾ ਚਾਹੀਦਾ ਦੋ ਬੋਤਲਾਂ ਇਹਨਾਂ ਵੇਚੀਆਂ ਇੱਕ ਦੀ ਭਜਾਈ ਨਹੀਂ ਆਈ ਇੱਕ ਦੇ ਭੜਾਨ ਪੀਤੀ ਉਹ ਉਧਾਰ ਹੋ ਗਏ छापर भी दे छापर देता कहना डबल कर दो कहना जा मामा डबल कर दे छापर च पा दे फिर कहना छापर च पा दे पानी का डब्बा पाया तू एंड ते आके जरा ना मैं कोई बेहतर गल जुतियां मार के कढ़िया उन्होंने कस्टमर आए कहते इन्हें मठियाई मैं बना तू बनाई जादू करके उंगल पाजी काली कोक बनी स्प्रैड की बोतल पी पी के छाती भज गए गटर खड़ा हो मैं तेन क्या कहना जी साडे तंदूर च कोई पानी पा दिया धुंद नहीं पी पिछले दिन च मैं की है कहना मेरे को धुंद च पेड़ा मार गया चल बाहर आके तो नहीं मुझे मस्त माहौल में जीने दो अफसोस करो भाई ना अजे नक्श नैन ही शरीर दिखा लो यार तू अफसोस नहीं किया प्यो मार्शल गटर च वड़िया बिच शरीका ने पानी खोल दिया गटर कड के प्लेटा नी प्लेटा जोड़ के इंज कच दे नाल ला के जांदे जिवें लैपटॉप लै के पढ़े पढ़े लिखे पढ़े लिखे और लैर दे विच सिर ते छापड़ पा के नहीं जाए मैं कह रहा हां छापड़ पा के नहीं जा रहे कहंदा मेरी अक्खां च पानी पई सब तो वड्डी चवल केड़ी लगी प्रोग्राम में आज सारे चवला मारी असि मारन दी कोशिश की अपने स्ताल को ना मुर्दा जगान दा मंत्र सिखिया तेरा स्ताल मर गया इन्हें जगान दा सिख लिया ते सुवाउन दा नहीं सिखिया ओ यार मुर्दे को पुछ लो दसो जगान दा सुन लिया पुछ लिया ते सुवाउन दा नहीं पुछिया
मुर्दा जगा बैठा पहली बारी समाउना भुल गया जो अपने उस्ताद घर गया अगे उस्ताद मर गया ਉਹਨੂੰ ਜਗਾ ਕੇ ਨਾ ਆਪਣੇ ਸਤਾਨ ਨੂੰ ਜੱਟਾ ਪੜ ਜੋੜ ਜੱਟ ਜੱਟਾ ਪਨ ਤੁਮ ਤਰਾਕ ਸ਼ੁਭ ਸ਼ਰਾਕ ਆ ਉਹ ਜਦੋਂ ਉੱਠਦਾ ਸੀ ਉਹਨੇ ਕਹਿੰਦਾ ਉਸਤਾਦ ਜੀ ਮੈਂ ਤੁਹਾਡੇ ਕੋਲ ਮੰਤਰ ਸਿੱਖਿਆ ਸੀ ਮੁਰਦਾ ਜਗਾਉਣ ਦਾ ਸਮਾਉਣ ਦਾ ਸਿਖਾਇਆ ਨਹੀਂ ਉਹ ਭਾਈ ਕਿਤੇ ਉਸਤਾਦ ਉਹਨਾਂ ਨੇ ਦੱਸਣ ਲੱਗੇ ਸਮਾਉਣ ਦਾ ਉਹ ਸਮਾਉਣ ਦੱਸਦੇ ਦੱਸਦੇ ਆਪ ਸੋ ਜਾਂਦੇ ਸੀ ਉਹ ਫਿਰ ਮੁਰਦਾ ਇਹਨਾਂ ਰਿਹਾ 3 ਮਹੀਨੇ ਹੁਣ ਉਹਦਾ ਸਾਲ ਹੈ ਨਾ ਜੀ ਬਾਤ ਕਿਤਨੀ ਲੰਬੀ ਹੋ ਗਈ ਸੀ टाइम खत्म होने चवल मेनू लगता है अज दे बेस्ट चवल समर साहब ने और अल्हम्दुलिल्लाह रहेंगे ਕਿ ਤੁਸੀਂ ਸਾਨੂੰ ਕਮੈਂਟ ਬਾਕਸ 'ਚ ਦੱਸਣਾ ਹੈਗਾ ਕਿ ਤੁਹਾਨੂੰ ਪ੍ਰੋਗਰਾਮ ਕਿਹੋ ਲੱਗਿਆ ਤੇ ਫਿਰ ਅਸੀਂ ਤੁਹਾਡੇ ਵਾਸਤੇ ਇਹੋ ਜਿਹਾ ਹੋਰ ਪ੍ਰੋਗਰਾਮ ਲੈ ਕੇ ਹੋਰ ਚਵਲਾਂ ਲੈ ਜਾਂਦੇ ਆ ਚਵਲਾਂ ਕਿਨੇ ਮਾਰੀਆਂ ਚਵਲੇ ਜਹਾਨ ਦੀ ਤੇ ਜਾਂਦੇ ਜਾਂਦੇ ਅਸੀਂ ਤੁਹਾਨੂੰ ਸਾਡਾ ਜਾਂਦੇ ਜਾਂਦੇ ਵਾਰ ਜਾ ਬਸ ਸੱਚੀਏ ਚਵਲੇ ਫੋਲੋ ਕਰੋ ਲਾਈਕ ਤੇਰਾ ਕੀ ਮੈਂ ਕਰਾਂ ਇਸ ਦਾ ਜਾਂਦਾ ਜਾਂਦਾ ਅਗਰ ਤੁਹਾਨੂੰ ਸਾਡਾ ਪ੍ਰੋਗਰਾਮ ਚੰਗਾ ਲੱਗੇ ਇਹਨੂੰ ਫੋਲੋ ਕਰੋ ਇਹਨੂੰ ਸਾਡਾ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਦੋਸਤਾਂ ਨਾਲ ਸ਼ੇਅਰ ਕਰੋ ਹਾਂਜੀ ਜਿਹੜੇ ਇਸ ਮੂਵੀ ਨੂੰ ਕੁੱਤਾ ਚਾਰ ਦਿਓ ਹਾਲਾਂਕਿ ਇਹਨੇ ਇਹ ਗੱਲ ਇੱਕ ਮੇਲੇ ਤੇ ਜਾ ਕੇ ਹਾਲਾਂਕਿ ਇਹਨੇ ਕਹਿੰਦਾ ਜੀ ਅੰਗੂਠਾ ਧੁੰਨ ਦਿਓ ਜਦੋਂ ਫਿਰ ਉਹਨਾਂ ਨੇ ਧੁੰਨ ਦਿੱਤਾ ਅਗਲੇ ਨੇ ਵੀ ਸੁਣਿਆ ਭਾਜੀ ਮੈਂ ਵੀ ਲੱਗ ਕੇ ਖਲੋਤਾ ਰੋਂਦਿਆ ਸੀ ਕਹਿੰਦਾ ਮੈਂ ਤੇ ਕਿਹਾ ਕਿ ਧੁੰਨ ਦਿਓ ਮੈਨੇ ਨਾਲ ਨਹੀਂ ਸੁਣਿਆ ਜਾਂਦੇ ਜਾਂਦੇ ਅਸਲਾਮ ਅਲੈਕਮ ਜੀ ਅੱਲਾਹ ਹਾਫਿਜ਼